श्रोमणी अकाली दल के खिलाफ जो भंडी प्रचार किया, इन्हें गंदे बेबुनियाद सरासर झूठ इल्जाम श्रोमणी अकाली दल थोड़े पार्टी के उत्ते लाए। कांग्रेस सरकार ने तो सारी हदा पार कर दिया, लारे का लाए झूठी सौ भी खा गए, मतलब रब तो भी नहीं बख्शा। बठिंडा दिहाती तो श्रोमणी अकाली दल बसपा के सांझे उम्मीदवार प्रकाश सिंह भट्टी की अगवाई विच हलका वासियां नाल गलबात करदिया अज हरसिमरत कौर बादल ने सियासी पार्टियां ते निशाने साधे ने। उन्होंने कहा है कि कांग्रेस ते आम आदमी पार्टी ने मिलके श्रोमणी अकाली दल के खिलाफ भंडी प्रचार किया है ते नाले झूठे ते बेबुनियाद इल्जाम श्रोमणी अकाली दल ते लगाए ने, नाले श्रोमणी अकाली दल नू बदनाम भी किया है ते नाले जनता नू झूठे लारे भी लाए ने। नाले हरसिमरत कौर बादल ने चरणजीत सिंह चन्नी नू भी तिखे सवाल पूछे ने। आओ सुनने होर की कुछ किया गया हरसिमरत कौर बादल पासो बठिंडा देहाती विच रैली दे दौरान। ਸਾਡੇ ਸਾਰਿਆਂ ਦਾ ਜੋਸ਼ ਵੇਖ ਕੇ ਲੱਗ ਰਿਹਾ ਕਿ ਤੁਸੀਂ ਵੀ ਓਨੇ ਹੀ ਉਤਾਵਲੇ ਹੋ ਕਿ ਜਿੰਨੀ ਛੇਤੀ ਦੀ ਚੜੀ ਗਾਇ ਅਸੀਂ ਬਟਨ ਨੱਪੀਏ ਤੇ ਇਸ 5 ਸਾਲ ਦੀ ਨਕੰਮੀ ਸਰਕਾਰ ਨੂੰ ਰਵਾਨਾ ਕਰੀਏ। ਦੱਸਾਂ ਮੈਂ ਵੀ ਓਨੀ ਉਤਾਵਲੀ ਹਾਂ ਕਿਉਂਕਿ 5 ਸਾਲ ਤੁਸੀਂ ਮੈਨੂੰ ਵੀ ਘਰੇ ਬਿਠਾਤਾ, ਕਿਤੇ ਆਪਾਂ ਪਿੰਡਾਂ 'ਚ ਰਹਿੰਦੇ ਸੀ, ਸਾਰੀ ਸਰਕਾਰ ਤੁਹਾਡੇ ਵਿੱਚ ਬਹਿ ਕੇ ਸਾਰਾ ਪ੍ਰਸ਼ਾਸਨ ਸਮੇਤ ਤੁਹਾਡੇ ਵਿੱਚ ਆ ਕੇ ਤੁਹਾਡੀ ਸੁਣਵਾਈ ਹੁੰਦੀ ਸੀ, ਗ੍ਰਾਂਟਾਂ ਦੇ ਕੱਪੇ ਮਿਲਦੇ ਸੀ, ਵਿਕਾਸ ਦੇ ਕੰਮ ਹੁੰਦੇ ਸੀ, ਕੋਈ ਪੁੱਛ ਗਿੱਛ ਹੁੰਦੀ ਸੀ, ਕਿਸੇ ਦਾ ਕਾਰਡ ਲੱਗਦਾ ਸੀ, ਕਿਸੇ ਦੀ ਪੈਨਸ਼ਨ ਲੱਗਦੀ ਸੀ, ਕਿਸੇ ਦਾ ਪਾਣੀ ਦਾ ਮਸਲਾ ਹੱਲ ਹੁੰਦਾ ਸੀ, ਕਿਸੇ ਦਾ ਮੋਗਾ, ਕਿਸੇ ਦਾ ਕੁਛ ਕੰਮ ਕਾਜ ਹੁੰਦੇ ਸੀਗੇ। ਲੇਕਿਨ ਇਹਨਾਂ 5 ਸਾਲ ਅਜੇ ਨਾ ਕੋਈ ਪੁੱਛਣ ਵਾਲਾ, ਨਾ ਕੋਈ ਸੁਣਨ ਵਾਲਾ ਤੇ ਨਾ ਹੀ ਕੋਈ ਸੁਣਾਉਣ ਵਾਲਾ। 5 ਸਾਲ ਚ ਪੰਜਾਬ ਨੂੰ ਹੈ ਉਜਾੜ ਕੇ ਰੱਖਦਾ ਹੈਗਾ ਜਿਵੇਂ ਇੱਥੇ ਕੋਈ ਸਰਕਾਰ ਹੀ ਨਹੀਂ ਸੀਗੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਪੰਜਾਬ ਵਿੱਚ ਇੱਕ ਹਨੇਰੀ ਤੂਫਾਨ ਚੱਲ ਰਹੀ ਹੈ ਕਿ ਇਸ ਸਰਕਾਰ ਨੂੰ ਉਖਾੜ ਕੇ ਅਸੀਂ ਸਿੱਟ ਦੇਣਾ। ਲੇਕਿਨ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸਚੇਤ ਕਰਨ ਵਾਸਤੇ ਆਈ ਹਾਂ ਕਿਉਂਕਿ ਤੁਸੀਂ ਮੇਰੇ ਆਪਣੇ ਪਰਿਵਾਰ ਹੋ, ਮੇਰਾ ਹਲਕਾ, ਤੁਸੀਂ ਮੇਰਾ ਕੰਮ ਹੋ, ਪਿਛਲੇ 13 ਸਾਲਾਂ ਤੋਂ ਦੇਖਿਆ ਤੇ ਅੱਜ ਰੱਬ ਨੂੰ ਡਰ ਕੇ ਮੈਂ ਆਹ ਜ਼ਰੂਰ ਕਹਿ ਸਕਦੀ ਹਾਂ ਕਿ 13 ਸਾਲਾਂ ਵਿੱਚ ਕਦੇ ਲੋਕਾਂ ਨੂੰ ਝੂਠ ਨਹੀਂ ਮਾਰਿਆ। ਜਿੰਨਾ ਕੁ ਮੈਨੂੰ ਸਮਝ ਸੀ ਉਹ ਸੱਚਾਈ ਲੋਕਾਂ ਦੇ ਸਾਹਮਣੇ ਰੱਖਣ ਦੀ ਮੈਂ ਕੋਸ਼ਿਸ਼ ਕੀਤੀ। ਅਕਸਰ ਲੋਕੀ ਸ਼ਾਇਦ ਚਲੋ ਆਪਣੇ ਕੋਈ ਹੁੰਦੇ ਨੇ ਜਿਸ ਕਾਰਨ ਕਰਕੇ ਆਪਾਂ ਨਹੀਂ ਗੱਲਾਂ ਸਮਝਦੇ, ਲੇਕਿਨ ਇਹ ਕਹਿ ਸਕਦੀ ਹਾਂ ਕਿ ਸਮੇਂ ਦੇ ਨਾਲ ਕਈ ਚੀਜ਼ਾਂ ਸੱਚ ਸਾਬਤ ਹੋਈਆਂ ਨੇ। ਜਿਵੇਂ ਮੈਂ ਕਹਾਂ ਬਾਲਾ ਦੂਰ ਪਿੱਛੇ ਨਾ ਜਾਈਏ, 2017 'ਚ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਦੋਨੋਂ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੋ ਜਿਹਾ ਭੰਡੀ ਪ੍ਰਚਾਰ ਕੀਤਾ, ਇਹਨੇ ਗੰਦੇ ਬੇਬੁਨਿਆਦ ਸਰਾਸਰ ਝੂਠ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਪਾਰਟੀ ਦੇ ਉੱਤੇ ਲਾਏ, ਬਦਨਾਮ ਕਰਕੇ ਦੋਨਾਂ ਨੂੰ ਇਸ ਪਾਰਟੀ ਨੇ, ਸਾਨੂੰ ਤਾਂ ਦਰਕਿਨਾਰ ਕਰਤਾ ਤੇ ਇਸ ਝੂਠ ਦਾ ਫਾਇਦਾ ਕੀ ਹੋਇਆ ਕਿ ਜਿਹੜੇ ਪੰਜਾਬ 'ਚ 10 ਸਾਲ ਦੇ ਵਿਕਾਸ ਦੇ ਕੰਮ ਚੱਲ ਰਹੇ ਸੀ, ਜਿਹੜੀ ਸਹੂਲਤਾਂ ਮਿਲ ਰਹੀਆਂ ਸੀ, ਜਿਹੜੀਆਂ ਗ੍ਰਾਂਟਾਂ ਆ ਰਹੀਆਂ ਸੀ, ਦੋਨਾਂ ਨੇ ਰਲ ਮਿਲ ਕੇ ਸਾਰਾ ਠੱਪ ਕਰਤਾ। ਇੱਕ ਦੀ ਸਰਕਾਰ ਬਣ ਗਈ ਤੇ ਦੂਜੀ ਵਿਰੋਧੀ ਧਿਰ ਬਣ ਗਈ ਤੇ ਸਰਕਾਰ ਬਣਨ ਤੋਂ ਬਾਅਦ ਜੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਂਡਿਆ, ਦੂਜੇ ਪਾਸੇ ਸਟੇਜਾਂ 'ਚ ਚੜ ਕੇ ਇਹੋ ਜਿਹੇ ਝੂਠੇ ਲਾਰੇ ਲੱਪੇ ਦੋਨਾਂ ਨੇ ਲਾਏ। ਕਾਂਗਰਸ ਸਰਕਾਰ ਨੇ ਤਾਂ ਸਾਰੀ ਹਦਾਂ ਪਾਰ ਕਰਤੀਆਂ, ਲਾਰੇ ਤਾਂ ਲਾਏ, ਝੂਠੀ ਸੌ ਵੀ ਖਾ ਗਏ, ਮਤਲਬ ਰੱਬ ਤੋਂ ਵੀ ਨਹੀਂ ਬਖਸ਼ਿਆ ਤੇ ਵਿਚਾਰੇ ਸਾਡੀ ਭੋਲੀ ਪਾਲੀ ਜਨਤਾ ਇਹਨਾਂ ਦੇ ਗੱਲਾਂ ਵਿੱਚ ਆ ਕੇ, ਜਿੱਥੇ ਕਈ ਆਪਣੇ ਵੀ ਇਹਨਾਂ ਨੂੰ ਵੋਟ ਪਾ ਗਏ ਕਿ ਪਤਾ ਬੱਚੇ ਦੀ ਜੇ ਨੌਕਰੀ ਲੱਗਦੀ ਹੈ, ਕਰਜ਼ਾ ਮਾਫ਼ ਹੁੰਦਾ, ਚਲੋ ਇਹਨਾਂ ਨੂੰ ਵੋਟ ਪਾ ਦੇਈਏ। ਤੇ ਫਿਰ ਵੋਟ ਪਾਉਣ ਤੋਂ ਬਾਅਦ ਨਤੀਜਾ ਕੀ ਹੋਇਆ, ਜਿੱਥੇ ਘਰ ਘਰ ਨੌਕਰੀ ਮਿਲਣੀ ਸੀ ਉੱਥੇ ਘਰ ਘਰ ਬੇਰੋਜ਼ਗਾਰੀ ਜ਼ਰੂਰ ਪਹੁੰਚ ਗਈ ਹੈ, ਹਰ ਘਰ 'ਚ ਬੇਰੋਜ਼ਗਾਰ ਪੜ੍ਹਿਆ ਲਿਖਿਆ ਬੱਚਾ ਫਿਰਦਾ ਹੈ। ਕਿਸਾਨ ਦੇ ਕਰਜ਼ੇ ਦੇ ਬਿੱਲ ਕੀ ਮਾਫ਼ ਹੋਣੇ ਸੀਗੇ, ਜਿਹੜੇ ਵਿਚਾਰੇ ਕਿਸਾਨਾਂ ਨੇ ਕੈਪਟਨ ਦੀ ਝੂਠੀ ਸਹੁੰ 'ਚ, ਕਾਂਗਰਸ ਦੀ ਝੂਠੀ ਸਹੁੰ 'ਚ ਆ ਕੇ ਆਪਦੀ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ, ਉਹ ਵਿਚਾਰਾ ਡਿਫਾਲਟਰ ਹੋ ਗਿਆ, ਉਹ ਪਹਿਲੇ ਤੋਂ ਵੀ ਵੱਡਾ ਨੁਕਸਾਨ ਹੋ ਗਿਆ। ਨਾ ਕਿਸੇ ਨੂੰ ਪੈਨਸ਼ਨ 2500, ਨਾ ਸਾਰੀ ਗੱਲਾਂ ਤੁਸੀਂ ਜਾਣਦੇ ਹੋ, ਉਹ ਛੱਡੋ, ਮੈਂ ਉਹਨਾਂ ਦੇ ਵਿੱਚ ਕੀ ਜਾਵਾਂ। ਲੇਕਿਨ ਕਾਂਗਰਸ ਦੀ ਚਾਲ ਦੇਖੋ,
ਸਾਡੇ ਚਾਰ ਸਾਲ ਸਾਰਾ ਸਮਾਂ ਕੱਢਤਾ ਤੇ ਅਖੀਰ ਚ ਕਹਿੰਦੇ ਬਈ ਆਹ ਮੁੱਖ ਮੰਤਰੀ ਨਿਕੰਮਾ ਸੀ ਹੁਣ ਦੂਜਾ ਬਿਠਾਤਾ ਬਈ ਦੂਜਾ ਜਿਹੜਾ ਮੁੱਖ ਮੰਤਰੀ ਆ ਚੰਨੀ ਸਾਹਿਬ ਬਣੀ ਬੈਠੇ ਨੇ ਕੀ ਇਹ ਸਾਡੇ ਚਾਰ ਸਾਲ ਉਸ ਮੁੱਖ ਮੰਤਰੀ ਦੇ ਨਾਲ ਮੰਤਰੀ ਨਹੀਂ ਸੀਗੇ ਪੰਜ ਸਾਲ ਉਹ ਸਰਕਾਰ ਦਾ ਹਿੱਸਾ ਸੀਗੇ ਕਿ ਨਹੀਂ ਸੀਗੇ ਤੇ ਮੈਂ ਅੱਜ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਦ ਤੁਹਾਡੇ ਨੀਲੇ ਕਾਰਡ ਕੱਟੇ ਜਾ ਰਹੇ ਸੀ ਇੱਕ ਆਪਣੇ ਆਪ ਨੂੰ ਗਰੀਬ ਕਹਿਣ ਵਾਲਾ ਚੰਨੀ ਕਿ ਮੈਂ ਗਰੀਬਾਂ ਦਾ ਦਰਦ ਸਮਝਦਾ ਕਿ ਚੰਨੀ ਨੇ ਮੂੰਹ ਖੋਲਿਆ ਜਦ ਤੁਹਾਡੇ ਗਰੀਬਾਂ ਦੇ ਕਾਰਡ ਕੱਟੇ ਜਾ ਰਹੇ ਸੀ ਜਦ ਸਾਡੇ ਬਜ਼ੁਰਗਾਂ ਦੀ ਪੈਨਸ਼ਨਾਂ ਕੱਟੀਆਂ ਜਾ ਰਹੀ ਸੀ ਕਿ ਗਰੀਬ ਬੋਲਣ ਵਾਲੇ ਚੰਨੀ ਨੇ ਕਿ ਇਹਦੇ ਦਿਲ 'ਚ ਦਰਦ ਹੋਏਗੀ ਮੇਰੀ ਬਜ਼ੁਰਗ ਮਾਤਾ ਦਾ ਕੀ ਹੋਊਗਾ ਜਦ ਬੱਚਿਆਂ ਦੇ ਸਾਰੇ ਤੁਹਾਡੇ ਸ਼ਗਨ ਦੇ ਚੈੱਕ ਰੱਦ ਹੋ ਗਏ ਇਸ ਗਰੀਬ ਬੋਲਣ ਵਾਲੇ ਚੰਨੀ ਦੇ ਦਿਲ 'ਚ ਕੋਈ ਦਰਦ ਸੀ ਕਿ ਮੈਂ ਆਵਾਜ਼ ਉਠਾਵਾਂ ਆਪਣੀ ਸਰਕਾਰ ਦੇ ਖਿਲਾਫ ਜਿਹੜਾ ਚੰਨੀ ਆਪਦੇ ਆਪ ਨੂੰ ਗਰੀਬ ਦਾ ਕਹਿੰਦਾ ਲੇਕਿਨ ਗਰੀਬ ਵਾਸਤੇ ਕਦੇ ਮੂੰਹ ਨਹੀਂ ਖੋਲਿਆ ਜਦ ਇਹਦੇ ਮੰਤਰੀ ਗਰੀਬਾਂ ਦੇ ਵਜ਼ੀਫੇ ਖਾ ਗਏ ਤਾਂ ਮੂੰਹ ਨਹੀਂ ਖੋਲਿਆ ਕੋਵਿਡ ਦੇ ਸਮੇਂ ਸਾਡੇ ਗਰੀਬ ਜਿਹੜੇ ਸਵੇਰ ਦਿਹਾੜੀ ਕਰਕੇ ਸ਼ਾਮ ਨੂੰ ਢਿੱਡ ਭਰਦੇ ਨੇ ਤੇ ਇਹਨਾਂ ਦੇ ਮੰਤਰੀ ਨੇ ਦਿੱਲੀ ਤੋਂ ਭੇਜੇ ਹੋਏ ਰਾਸ਼ਨ ਵੀ ਗਰੀਬਾਂ ਦਾ ਖਾ ਗਏ ਕਰੋੜਾਂ ਦਾ ਗਰੀਬ ਨੂੰ ਭੁੱਖਾ ਮਰਨ ਵਾਸਤੇ ਛੱਡਾ ਤਾਂ ਚੰਨੀ ਨਹੀਂ ਬੋਲਿਆ ਤੇ ਇਹ ਗਰੀਬ ਦਾ ਇਹੋ ਜਿਹੇ ਮੁੱਖ ਮੰਤਰੀ ਦਾ ਸਾਨੂੰ ਕੀ ਲਾਭ ਅੱਜ ਚੰਨੀ ਸਾਹਿਬ ਕਹਿੰਦੇ ਨੇ ਚੰਨੀ ਕਰਦਾ ਹੈ ਮਸਲੇ ਹੱਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ 5 ਮਹੀਨੇ ਹੋ ਗਏ ਇੱਕ ਮਸਲਾ ਮੈਨੂੰ ਦੱਸ ਦਿਓ ਇਸ ਚੰਨੀ ਨੇ ਜੇ ਤੁਹਾਡਾ ਹੱਲ ਕੀਤਾ ਹੋਵੇ 5 ਸਾਲ ਤਾਂ ਛੱਡੋ ਕੁਛ ਨਹੀਂ ਕੀਤਾ ਲੇਕਿਨ ਹਾਂ ਆਪਣਾ ਮਸਲਾ ਬਹੁਤ ਵੱਡਾ ਹੱਲ ਕਰ ਲਿਆ ਉਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਆਪਣੇ ਆਪ ਨੂੰ ਗਰੀਬ ਕਹਿੰਦਾ ਹੈ ਲੇਕਿਨ ਚੰਨੀ ਸਾਹਿਬ ਇੰਨੀ ਗਰੀਬੀ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਘਰ 'ਚ ਕਿ ਚੰਨੀ ਸਾਹਿਬ ਦੇ ਸਾਲੀ ਦੇ ਮੁੰਡੇ ਦੇ ਘਰ ਇੱਕ ਰਿਸ਼ਤੇਦਾਰ ਦੇ ਘਰੇ ਇੱਕ ਦਿਨ ਛਾਪਾ ਪਿਆ ਇੱਕ ਦਿਨ ਸਿਰਫ 111 ਦਿਨ ਦੇ ਮੁੱਖ ਮੰਤਰੀ ਸੀਗੇ ਇੱਕ ਦਿਨ ਛਾਪਾ ਪੈ ਗਿਆ ਤੇ ਕੱਲੇ ਇੱਕ ਦਿਨ 'ਚ ਇੱਕ ਰਿਸ਼ਤੇਦਾਰ ਦੇ ਘਰ 'ਚੋਂ 11 ਕਰੋੜ ਰੁਪਏ ਨਕਦ ਮੈਨੂੰ ਲੱਗਦਾ ਸਾਰੀ ਉਮਰ ਤੁਸੀਂ ਕਦੇ ਪੈਸੇ ਨਹੀਂ ਇਹਨੇ ਦੇਖੇ ਹੋਣਗੇ ਤੁਹਾਡੀ ਉਮਰ ਲੰਘ ਗਈ ਲੇਕਿਨ ਇਹਦੇ ਰਿਸ਼ਤੇਦਾਰ ਦੇ ਇੱਕ ਦਿਨ 'ਚ 11 ਕਰੋੜ ਰੁਪਏ ਨਕਦ ਸੋਨਾ ਲੱਖਾਂ ਦੀ ਕੜੀਆਂ ਤੇ 56 ਕਰੋੜ ਦੀ ਬੇਨਾਮੀ ਪ੍ਰਾਪਰਟੀ ਦੇ ਕਾਗਜ਼ ਤੇ ਕਰੋੜਾਂ ਦੀ ਬੈਂਕ ਦੀ ਐਂਟਰੀਆਂ ਜੇ ਇੱਕ ਦਿਨ 'ਚ ਇੱਕ ਰਿਸ਼ਤੇਦਾਰ ਚੰਨੀ ਦਾ ਇੰਨਾ ਕਮਾ ਗਿਆ ਤੇ ਸਾਰਾ ਟੱਬਰ 111 ਦਿਨ 'ਚ ਕਿੰਨਾ ਕਮਾ ਗਿਆ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਤੁਹਾਡੇ ਵਾਸਤੇ ਖਜ਼ਾਨਾ ਖਾਲੀ ਸ਼ਗਨ ਨਹੀਂ ਦੇ ਸਕਦੇ ਕਾਰਡ ਕੱਟਣੇ ਪਏ ਨੇ ਵਿਕਾਸ ਨਹੀਂ ਕੋਈ ਗ੍ਰਾਂਟ ਨਹੀਂ ਆਈ ਕੋਈ ਕਿਉਂਕਿ ਖਜ਼ਾਨਾ ਖਾਲੀ ਹੈ 1 ਲੱਖ ਕਰੋੜ ਦਾ ਕਰਜ਼ਾ ਇਸ ਕਾਂਗਰਸ ਸਰਕਾਰ ਨੇ ਝਾੜਤਾ ਹੈ ਪੰਜਾਬ ਦੇ ਖਜ਼ਾਨੇ ਦੇ ਉੱਤੇ ਕਿੱਥੇ ਗਏ ਉਹ ਲੱਖਾਂ ਕਰੋੜ ਲੋਕਾਂ ਨੂੰ ਤਾਂ ਨਹੀਂ ਮਿਲੇ ਸੋ ਇਹ ਚੰਨੀ ਚੋਰ ਹੋਏ ਜਿਹਨੇ ਆਪਦੇ ਭਤੀਜੇ ਨੂੰ ਸੀਐਮ ਦੀ ਸਿਕਿਉਰਿਟੀਆਂ ਦੇ ਕੇ ਅੱਗੇ ਪਿੱਛੇ ਜਿਪਸੀਆਂ ਲਾ ਕੇ ਪੰਜਾਬ ਦਾ ਸਾਰਾ ਰੇਤਾ ਵੇਚ ਕੇ ਆਪਦੀ ਜੇਬਾਂ ਭਰੀਆਂ ਤੇ ਅੱਜ ਭਤੀਜੇ ਨੇ ਤਾਂ ਕਹਿ ਦਿੱਤਾ ਕਿ ਮੈਨੂੰ ਬਦਲੀ ਤੇ ਟ੍ਰਾਂਸਫਰ ਤੇ ਰੇਤਾ ਵੇਚ ਕੇ ਅਸੀਂ ਆ ਪੈਸੇ ਕਮਾਏ ਨੇ ਤੇ ਬਦਲੀ ਟ੍ਰਾਂਸਫਰ ਤਾਂ ਇਕੱਲਾ ਸੀਐਮ ਕਰਦਾ ਕੋਈ ਭਤੀਜਾ ਤਾਂ ਕਰ ਨਹੀਂ ਸਕਦਾ ਚੰਨੀ ਜੀ ਜਵਾਬ ਦੇਣ ਤਾਂ ਰਾਹੁਲ ਕਹਿੰਦਾ ਕਹਿੰਦੇ 5 ਸਾਲ ਹੋਰ ਇਹਨੂੰ ਮੌਕਾ ਦਿਓ ਅਜੇ ਲੁੱਟ ਪੂਰੀ ਨਹੀਂ ਹੋਈ ਆ 5 ਸਾਲ ਹੋਰ ਚਾਹੀਦਾ ਲੇਕਿਨ ਜਿਸ ਚੀਜ਼ ਦਾ ਮੈਂ ਤੁਹਾਨੂੰ ਸਚੇਤ ਕਰਨਾ ਚਾਹੁੰਦੀ ਹਾਂ ਮੈਂ ਹਮੇਸ਼ਾ ਤੁਹਾਨੂੰ ਕਹਿੰਦੀ ਸੀ ਮੇਰੀ ਗੱਲ ਥੋੜੀ ਪਿੱਛੇ ਵੀ ਲੈ ਜਾਓ ਜਦ 2012 ਦੀ ਚੋਣਾਂ ਸੀਗੀਆਂ ਤੇ ਮੈਂ ਤੁਹਾਨੂੰ ਤਾਂ ਵੀ ਕਹਿੰਦੀ ਸੀ ਇਹ ਕਾਂਗਰਸ ਪਾਰਟੀ ਹਰ ਤਰ੍ਹਾਂ ਦਾ ਹੀਲਾ ਅਪਣਾਉਂਦੀ ਹੈ ਤੁਹਾਡੀ ਆਪਣੀ ਖੇਤਰੀ ਪਾਰਟੀ ਨੂੰ ਦਰਕਿਨਾਰ ਕਰਨ ਵਾਸਤੇ 2012 ਦੀ ਚੋਣਾਂ ਤੋਂ ਪਹਿਲੇ ਕੀ ਹੀਲਾ ਬਣਾਇਆ ਸਾਡੇ ਪਰਿਵਾਰ ਦਾ ਇੱਕ ਮੈਂਬਰ ਪੱਟਿਆ ਇੱਕ ਨਵੀਂ ਪਾਰਟੀ ਖੜੀ ਕੀਤੀ ਉਹ ਪਤੰਗ ਉੱਡਦੀ ਸੀ ਪੀ 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 ਨਾਂ ਦਾ ਸੀਗਾ ਯਾਦ ਹੈ ਪੀ 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 ਕਿਹਦੀ ਪਾਰਟੀ ਸੀਗੀ ਮੇਰੇ ਦਿਓਰ ਦੀ ਸੀਗੀ ਮਨਪ੍ਰੀਤ ਬਾਦਲ ਰਾਜ ਵਿੱਤ ਮੰਤਰੀ ਹੈਗਾ ਪਾਰਟੀ ਖੜੀ ਕਰਤੀ ਕਾਂਗਰਸ ਨੇ ਤੇ ਪੀ ਪੀ ਪਾਰਟੀ ਦਾ ਸੰਜੀਵ ਖਾਬਾ ਕੌਣ ਸੀ ਆ ਭਗਵੰਤ ਮਾਨ ਮਨਪ੍ਰੀਤ ਬਾਦਲ ਭਗਵੰਤ ਮਾਨ ਜਾ ਕੇ ਖਟਕਰ ਦਲਾ ਜੇ ਸ਼ਹੀਦਾਂ ਦੀ ਮਿੱਟੀ ਦੀ ਸੌ ਖਾਂਦੇ ਸੀ ਪੰਜਾਬ ਚ ਇਨਕਲਾਬ ਲੈਣਾ ਹੈ ਪੰਜਾਬ ਬਦਲਣਾ ਹੈ ਇੱਕ ਨੂੰ ਮੌਕਾ ਮਿਲਿਆ ਕਿ ਕਾਕਾ ਵਿੱਤ ਮੰਤਰੀ ਨੇ ਕਿੰਨਾ ਬਦਲਤਾ ਤੁਸੀਂ ਆਪ ਹੀ ਦੇਖ ਲਿਆ ਹੁਣ ਦੂਜਾ ਦਾ ਲਾਈਨ ਨਾਮ ਆ ਤੇ ਇਹ ਮੈਂ ਤੁਹਾਨੂੰ ਕਾ ਕਹਿੰਦੀ ਸੀ ਕਾਂਗਰਸ ਦੀ ਬੀਟੀ ਮੈਂ ਤੁਸੀਂ ਮੇਰੀ ਗੱਲ ਨਹੀਂ ਮੰਨੀ ਤੇ ਫਿਰ ਜਦ ਦਾ ਲੱਗਿਆ ਮੌਕਾ ਮਿਲਿਆ ਮੰਤਰੀ ਪਾਦਰ ਕਿੱਥੇ ਚਲੇ ਗਿਆ ਉਹ ਦੁੱਖੀ ਚਲੇ ਗਿਆ ਜਿਹੜੀ ਪਾਰਟੀ ਇਹਨੂੰ ਖੜੀ ਕੀਤੀ ਸੀ ਤੇ ਅੱਜ ਇਹ ਕਾਂਗਰਸ ਦੀ ਮੈਂ ਕਹਿੰਦੀ ਇਹਨਾਂ ਨੇ ਉਹਦੇ ਬਾਅਦ ਆਮ ਆਦਮੀ ਲੋਕਾਂ ਕਿਉਂ ਖੜਾ ਕੀਤਾ ਕਿਉਂਕਿ 2017 'ਚ ਇਹਨਾਂ ਨੂੰ ਸਮਝ ਆ ਗਈ ਕਿ ਵਿਕਾਸ ਦੇ ਕੰਮਾਂ 'ਚ ਅਸੀਂ ਬਰਾਬਰੀ ਨਹੀਂ ਕਰ ਸਕਦੇ ਸਹੂਲਤਾਂ 'ਚ ਅਸੀਂ ਅਕਾਲੀ ਦਲ ਦੀ ਬਰਾਬਰੀ ਨਹੀਂ ਕਰ ਸਕਦੇ ਭੰਡੀ ਪ੍ਰਚਾਰ ਕਰੀਏ ਨਵੀਂ ਪਾਰਟੀ ਇਕੱਠੀ ਕਰੀਏ ਖੜੀ ਕਰੀਏ ਲੋਕਾਂ ਨੂੰ ਇੱਕ ਵਾਰ ਫੇਰ ਗੁਮਰਾਹ ਕਰੀਏ ਤੇ ਜਿਹੜੇ ਵਿਰੋਧੀ ਧਿਰ ਆ ਗਏ ਇੱਕ ਦੀ ਸੱਤਾ ਆ ਗਈ ਵਿਰੋਧ 'ਚ ਆ ਗਏ 20 ਬੰਦੇ ਪੰਜਾਬ ਦੇ ਲੋਕਾਂ ਨੇ ਕਾਮਯਾਬ ਕੀਤੇ ਆਮ ਆਦਮੀ ਦੇ 20 ਵਿੱਚੋਂ 11 ਅੱਜ ਕਾਂਗਰਸ ਵਿੱਚ ਬੈਠੇ ਹੋਏ ਨੇ ਤੇ ਇਹਨਾਂ ਦੀ ਰਲੀ ਮਿਲੀ ਭੁਗਤ ਤੁਹਾਡੇ ਇਲਾਕੇ ਤੋਂ ਵੱਧ ਕੌਣ ਜਾਣ ਸਕਦਾ ਹੈ ਆਈ ਸੀ ਬੀਬੀ ਰੂਬੀ ਝੂਠ ਮਾਰ ਗਈ ਪਿੰਡਾਂ 'ਚ ਘਰਾਂ ਘਰਾਂ 'ਚ ਜਾ ਕੇ ਆਮ ਆਦਮੀ ਦਾ 5 ਸਾਲ ਨਜ਼ਰ ਆਏ ਕਿਸੇ ਨੂੰ
कोई केजरीवाल 5 साल नजर आया, कोई नहीं देखा जी, कोई भगवंत मान 5 साल नजर आया। लोगों ने तो उन्होंने गप्पा में चाहे एमएलए बनाता, लेकिन ना एमएलए नजर आया, ना केजरीवाल नजर आया, तो ना ही भगवंत मान नजर आया। ते हुण आज बीबी जी रूबी जी किथे केड़ी पार्टी से चले गए ने? कांग्रेस से चले गए। रैली मलिक मगर भी कामयाब हुए, 11 चले गए। तुसी बाली वाक्या नु ना देखो, मेरे हलके से शुरू करो, आपा लंबी तो शुरू कर दिया। पड़े गवांड छे कुटिया साहब कल ताई दा कांग्रेस से जुगे, रातों रात आम आदमी दे कैंडिडेट बन गए। आ थोड़े अपने हलके से देखो, जेड़ा केजरीवाल कहना साफ सुथरे लोगों नु आम बंदियां नु देना है, जेड़े बंदे ने इन्नी ठगी फाड़े नाल मारी, साडा कैंडिडेट सेगा चक्के ओ मित्रता नु जिन्हों असी कढ़िया, क्योंकि लोगों ने पैसे खा गया, ऐसे ऐसे भ्रष्ट बंदे नु आपा कढ़िया का पैसे दे के अज केजरीवाल दा कैंडिडेट बन गया। ते बीबी रूबी किथे चली गई? फिर गां चले जाओ बठिंडे शहर च, एमसी है गए जगरूप जी कांग्रेस से, लेकिन कैंडिडेट है गए आम आदमी ने। गा मौन चले जाओ, कमालू साहब एमएलए आम आदमी ने, आज कांग्रेस से बैठे। मान से चले जाओ, मान साइया आम आदमी को जिता, आज कांग्रेस से गए। मतलब सारे तन मेरे हलके को देख लो, बाकी दूर जाने की लोड़ ही नहीं है, ना नहीं गली मिली को है, तो तुम सानू पता लग जूगी। ते 5 साल से मैं दस दो विरोधी फिर जरा काम होता है, लोगों की आवाज बन के सरकार को जगाइए। अज थोड़ी केड़ी आवाज बन के इन्होंने सरकार नु जगाया है? बिल्कुल नहीं जगाया है। ते आज ही मैं थानू दसदा, जिवें 5 साल मुंह नहीं खोलिया, क्योंकि इन्हें गल रले हुए सीगे, ये वोटा तो बाद ही इन्होंने रल मिल के सरकार बना लेनी है। एक ने 5 साल लुट लिया, हुण दोनों कट्ठे होके थानू लुटणगे। ये बाहर की जिहड़ी पार्टी है केजरीवाल का इन्ना वड्डा महाझूठा हैगा, गुटके की सौं तुसीं देख लीती जिहड़ी कांग्रेसियां ने खाधी सी। 2013 च केजरीवाल ने आपके बच्चों के सिर की 100 शरेआम लोगों के विच खाधी। मैं तो सियासत च नहीं आना चाहता, मैनू सियासत च आना पड़ रहा है, क्योंकि इस भ्रष्ट कांग्रेस सरकार नू मैं जेल च धक्कना है, ते साफ सुथरी सरकार देनी है, मैं अपने बच्चों की सिर की सौं खाना है, किसी के नाल रली मिली सरकार नहीं बनावांगा। जब सीटां घट रह गईं ते जिन्हों जेल च धक्कना सीगा उस कांग्रेस के नाल ही रल मिलकर दिल्ली च 2013 च सरकार बनाती। अज भगवंत मान उन्हें तो उन्हें 2 साल पहले 2019 स्टेज से खड़ के आपकी मां की झूठी सौं खाधी सी कि मैं कदे शराब नू हथ नहीं लावांगा। दरबार साहब शराब पी के जाता है, गुरु ग्रंथ साहब जी की हजूरी से मां की झूठी सौं खाता है कि शराब नहीं पीवांगा। तो उत्थे जब इहदा ना ऐलान होया, 2 दिन किसी नू लभ्या नहीं, डक्या पिया सी शराब दे नाल। जिहड़ा लोकतंत्र का मंदिर पार्लीमेंट होंदा है, 11 बजे सवेरे उत्थे शराब पी के चले जाना, इन्हें पंजाब च रहना है? मैं थानू दसा मेरी भैना, तुम तो बाला सचेत रहो कि थानू पता है केजरीवाल ने दिल्ली च शराब इन्नी आमो आम करती है कि एक एक गली च चार चार ठेके खोल दते ने। ए भगवंत मान ते केजरीवाल का दिल्ली मॉडल है, हर नुक्कड़ च हर गली च शराब के ठेके खोलनगे, हर नुक्कड़ च शराबी थानू टकरनगे। सवेर की कमाई करते शाम तक बंदे जब पैसे उत्थे लुका के घर पहुंचेंगे, की कलेश कदों मचूगा? इस चीज तो ही तुम संभल जाओ कि जेड़े भगवंत मान नूं उहदा परिवार छड गया शराब करते ने पंजाब लोग की सामने। ते इहनां दा झूठ दा जे तुहानूं झूठ दे बारे गल करिए, ते अज पंजाब दे लोकां ने कदे साडी भोले भाली भैणां नूं कहिंदे ने तुहाडे खाते विच पैसे आ जाणगे, क्यों कोई खड़ के उहनां नूं नहीं पुछदा है वी आ दस्सो केजरीवाल साहब भगवंत मान जी, जेड़े वादे तुसीं पंजाब नूं कर रहे हो, जिथे 8 साल तुहाडी सरकार है, इहनां विचों किहड़े वादे तुसीं उत्थे पूरे कीते ने? दिल्ली च इक बीबी दे खाते च दवानी नहीं जांदी है, ते ओथे दी बीबियां गरीब ते लोड़वंद नहीं हैगियां जिहड़े इत्थे दी बीबियां नूं सपने दिखांदे हो? अज रायके कला दे पिंड दे सरपंच साहब चले जान ओ किसे मेरे पुछो हलके च, ते ओथे जाके कहंदी रायके कला च तां मैं तां मॉडल स्कूल बना दित्ते ने, मोहल्ला क्लिनिक बनाता हैगा, बिजली मुफ्त कर दित्ती हैगे, हरेक दे खाते च पैसे पाते। हुण मैनूं रायके कला दा नहीं, अपने इस पिंड दा पुछ तुसीं सरपंच बना दिओ, तो तुसीं कहोगे बहुत वधिया, पता तो करोगे रायके कला को, पता लग्गा रायके कला तेरे पक्ष नहीं कीता, ते ओथे की कर लूंगा। सो मेरे कहन दा पा कि आपां पहली चीज तां इन्हां चीजां तों सचेत हो जाइए, दोनों रले मिले ने अपनी भोली भाली जनता नूं गुमराह करके। ते वड्डे खतरे दी गल की हैगी, एक पासे जिथे दिल्ली च इहने ऐलानी हुई सहूलतां कोई नहीं दित्तियां, दूजे पासे दिल्ली च किसे नूं आटा दाल नहीं मिलदा। जिन्हें झाड़ू नूं वोट पाई, तुसीं आ कहो कि तूं अपनी पैर च खुद खिलाड़ी मार रहे हो, रब ना करे इन्हां दी सरकार बने, सारे कार्ड रद्द होणगे। आ जिहड़े कांग्रेस ने माड़े अद्धे रद्द कीते ने, इन्होंने बाकी सारे भी रद्द कर देने। किसी को पेंशन नहीं मिलती दिल्ली च, कोई शगन का चेक नहीं मिलता, ते मोटर दे पूरे पूरे बिल हर महीने 25-25 हजार के बिल मिलते हैं केजरीवाल की सरकार के विच।
केजरीवाल ने तो अदालत से हलफनामा पेश किया है। पंजाब का पानी दिल्ली नू चाहिए है। ये लड़ाई चल रही है अदालत विच कि भगवंत मान या केजरीवाल जवाब देंगे कि जे इन्हां दी सरकार बन गई तो साडा बचा कुचा पानी लैके जे उत्थे चले जाण तो सानू राजस्थान वर्गा रेगिस्तान बना दे ते 5 साल पंजाब का की होगा। ये हलफनामा पहले वापस लैणगे कि बाद में लागू करेंगे। इस केजरीवाल ने हलफनामा दिता है हाईकोर्ट से कि पंजाब दे थर्मल बंद करो, करोड़ करोड़ रुपया किसान दे जुर्माना लाओ क्योंकि इन्हां दी पराली दी धुए दे नाल दिल्ली दी सेहत खराब होंदी है। कि सानू दसणगे कि इत्थे इन्हां दी गलती दे नाल जे सरकार बन गई ते पंजाब दे थर्मल बंद हो जाएंगे तो थोड़ा की हाल होगा? जे घर च बिजली नहीं होगी, खेत च ट्यूबवैल नहीं चलेंगे, जे पराली मजबूरी च 60 करोड़ का तुहानू जुर्माना लगेगा किधे कौन जाओगे जब जुर्माना कल लगन लग जूगा। सो मेरे कहने का भाव कि इन्हां दी रली मिली भुगत हैगी। इन्हां तो तुसीं सचेत हो, इन्हां दे गप्पा गल्लां च आके पहले भी मैं कहंदी सी कि कैप्टन देखो ओहदी मजबूरी। इस निकम्मे मुख्यमंत्री ने ध्यान नहीं दिता, इन्ना वड्डा किसानी अंदोलन खड़ा हो गया थोड़े सारे दे सामने कि किवें बीजेपी दे नाल रलिया मिलिया सीगा, सहमति दित्ती काले कानूनां वास्ते ते पंजाब दा की हाल कीता। ते आ जे भगवंत मान ने माड़ा जा केजरीवाल दी गल नहीं मानी, जिहड़े गांधी परिवार ने चक्के ओह कैप्टन नूं लाया केजरीवाल ने, ओह चक्के मान नूं ला के दिल्ली दा बिठा देना, साडे सारे पर की करांगे। सो आस करदी आं तुसीं इन्हां चीज़ां तों तुसीं चंगी तरह सचेत होवोंगे।